ਵੈਲਕਮ ਸਟੂਡੈਂਟਸ ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਅਸੀਂ ਹਿਊਮਨ ਰਾਈਟਸ ਐਜੂਕੇਸ਼ਨ ਦਾ मीनिंग ਤੇ ਡੈਫੀਨੇਸ਼ਨਸ ਕੀਤੀਆਂ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਅਸੀਂ ਨੀਡ ਆਫ ਹਿਊਮਨ ਰਾਈਟਸ ਐਜੂਕੇਸ਼ਨ ਮਨੁੱਖੀ ਅਧਿਕਾਰ ਸਿੱਖਿਆ ਦੀ ਲੋੜ ਕਿਉਂ ਹੈ ਅਸੀਂ ਇਹਦੇ ਬਾਰੇ ਡਿਸਕਸ ਕਰਾਂਗੇ ਸਭ ਤੋਂ ਪਹਿਲਾ ਪੁਆਇੰਟ ਹੈ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕਤਾ ਦੇਣ ਲਈ ਟੂ ਪ੍ਰੋਵਾਈਡ ਅਵੇਅਰਨੈਸ ਅਬਾਊਟ ਹਿਊਮਨ ਰਾਈਟਸ ਸਮਾਜ ਦੇ ਹਰੇਕ ਵਰਗ ਨੂੰ ਭਾਵੇਂ ਉਹ ਕਿਸੇ ਵੀ ਧਰਮ ਜਾਤ ਜੇ ਕਿਸੇ ਵੀ ਏਰੀਆ ਦੇ ਨਾਲ ਸਬੰਧ ਰੱਖਦੇ ਵਿਅਕਤੀ ਉਹਨਾਂ ਨੂੰ ਆਪਣੇ ਅਧਿਕਾਰਾਂ ਬਾਰੇ ਜਿਹੜੀ ਪੂਰੀ ਜਾਣਕਾਰੀ ਉਹ ਹੋਣੀ ਚਾਹੀਦੀ ਹੈ ਤਾਂ ਹੀ ਉਹ ਉਹਨਾਂ ਦੇ ਸਹੀ ਢੰਗ ਨਾਲ ਜਿਹੜੀ ਵਰਤੋਂ ਉਹ ਕਰ ਸਕਣਗੇ ਇਸ ਕਰਕੇ ਸਭ ਤੋਂ ਪਹਿਲੀ ਨੀਡ ਕੀ ਹੈ ਜ਼ਰੂਰਤ ਕੀ ਹੈ ਕਿ ਮਨੁੱਖੀ ਅਧਿਕਾਰਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਦੂਸਰਾ ਹੈ ਲੋਕਤੰਤਰੀ ਢਾਂਚੇ ਲਈ ਜ਼ਰੂਰੀ ਐਸੈਂਸ਼ੀਅਲ ਫਾਰ ਡੈਮੋਕਰੈਟਿਕ ਸੈਟਅਪ ਹੁਣ ਜੇਕਰ ਅਸੀਂ ਗੱਲ ਕਰੀਏ ਵੀ ਜਿੱਥੇ ਜਿੱਥੇ ਡੈਮੋਕਰੈਟਿਕ ਸਟਰਕਚਰ ਹੈ ਲੋਕਤੰਤਰੀ ਢਾਂਚਾ ਹੈ ਉਹ ਤਾਂ ਹੀ ਸਫਲ ਹੁੰਦਾ ਹੈ ਜੇਕਰ ਉਥੋਂ ਦੇ ਜਿਹੜੇ ਰਹਿਣ ਵਾਲੇ ਲੋਕ ਨੇ ਉਹਨਾਂ ਨੂੰ ਆਪਣੇ ਅਧਿਕਾਰਾਂ ਦੇ ਪ੍ਰਤੀ ਸਹੀ ਜਾਣਕਾਰੀ ਹੋਵੇ ਤੇ ਪੂਰੀ ਜਾਣਕਾਰੀ ਹੋਵੇ ਇਹਦੇ ਨਾਲ ਹੀ ਉਹ ਬਿਨਾਂ ਕਿਸੇ ਭੇਦਭਾਵ ਦੇ ਆਪਣੇ ਅਧਿਕਾਰਾਂ ਦੀ ਵਰਤੋਂ ਕਰ ਸਕਦੇ ਨੇ ਤੇ ਆਪਣੀ ਮਰਜ਼ੀ ਦੀ ਸਰਕਾਰ ਵੀ ਬਣਾ ਸਕਦੇ ਨੇ ਇਸ ਲਈ ਜਿਹੜੇ ਮਨੁੱਖੀ ਅਧਿਕਾਰ ਨੇ ਉਹ ਹੋਣੇ ਬਹੁਤ ਜ਼ਰੂਰੀ ਨੇ ਕਿ ਜੇਕਰ ਅਸੀਂ ਜਿਹੜਾ ਲੋਕਤੰਤਰੀ ਢਾਂਚਾ ਉਹਦੀ ਸੈਟ ਅਪ ਕਰਨੀ ਹੈ ਕਾਨੂੰਨ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਟੂ ਪ੍ਰੋਵਾਈਡ ਨੋਲੇਜ ਅਬਾਊਟ ਲਾ ਹੁਣ ਜਿਹੜੇ ਕਾਨੂੰਨ ਨੇ ਉਹ ਅਲੱਗ-ਅਲੱਗ ਹੁੰਦੇ ਆ ਹਰ ਇੱਕ ਕਿਸੇ ਵੀ ਅਸੀਂ ਫੀਲਡ ਦੀ ਗੱਲ ਕਰੀਏ ਲੋਕਾਂ ਨੂੰ ਜਸਟਿਸ ਲੈਣ ਦੇ ਲਈ ਕਾਨੂੰਨ ਦਾ ਸਹਾਰਾ ਜਿਹੜਾ ਉਹ ਲੈਣੇ ਪੈਂਦਾ ਬਟ ਜਿਹੜੇ ਅਸੀਂ ਹਿਊਮਨ ਰਾਈਟਸ ਦੀ ਗੱਲ ਕਰਦੇ ਆ ਤਾਂ ਇਹਦੇ ਵਿੱਚ ਕੀ ਹੈ ਕਿ ਸਾਰੇ ਲੋਕ ਜਿਹੜੇ ਕਾਨੂੰਨ ਦੇ ਸਾਹਮਣੇ ਬਰਾਬਰ ਸਾਨੂੰ ਇਹ ਹੀ ਪੜਨ ਨੂੰ ਮਿਲਿਆ ਇਹ ਸਿੱਖਣ ਨੂੰ ਮਿਲਿਆ ਇਸ ਕਰਕੇ ਜਦੋਂ ਹਿਊਮਨ ਰਾਈਟਸ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਂਦੀ ਹੈ ਹਿਊਮਨ ਰਾਈਟਸ ਦੇ ਬਾਰੇ ਕਿਸੇ ਵੀ ਤਰ੍ਹਾਂ ਦੀ ਐਜੂਕੇਸ਼ਨ ਦਿੱਤੀ ਜਾਂਦੀ ਹੈ ਤਾਂ ਉਹਦੇ ਵਿੱਚ ਵੀ ਇਹ ਦੱਸਿਆ ਜਾਂਦਾ ਹੈ ਕਿ ਸਾਰੇ ਲੋਕ ਕਾਨੂੰਨ ਦੇ ਸਾਹਮਣੇ ਬਰਾਬਰ ਨੇ ਤੇ ਉਹਨਾਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਜਿਹੜੀ ਕਾਨੂੰਨੀ ਸਹਾਇਤਾ ਤੇ ਜਿਹੜੀ ਸੁਰੱਖਿਆ ਉਹ ਮਿਲ ਸਕਦੀ ਹੈ ਇਸ ਕਰਕੇ ਲੋਕਾਂ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਜਿਹੜੇ ਕਾਨੂੰਨ ਨੇ ਉਹਨਾਂ ਬਾਰੇ ਵੀ ਜਿਹੜੀ ਜਾਣਕਾਰੀ ਹੈ ਉਹ ਲਾਭਦੇਖ ਸਿੱਧ ਹੁੰਦੀ ਹੈ ਨੈਕਸਟ ਹੈ ਸਮਾਜਿਕ ਸੁਰੱਖਿਆ ਲਈ ਫੋਰ ਸੋਸ਼ਲ ਸਿਕਿਉਰਿਟੀ ਜਦੋਂ ਹਿਊਮਨ ਰਾਈਟਸ ਦੀ এডੂਕੇਸ਼ਨ ਦਿੱਤੀ ਜਾਏਗੀ ਤਾਂ ਇਹਦੇ ਨਾਲ ਜਿਹੜੀ ਸਮਾਜਿਕ ਸੁਰੱਖਿਆ ਉਹ ਵੀ ਲੋਕਾਂ ਦੇ ਵਿੱਚ ਵੱਧ ਜਾਂਦੀ ਹੈ ਕਿਉਂਕਿ ਸਾਰੇ ਲੋਕਾਂ ਨੂੰ ਆਪਣੇ ਜਿਹੜੇ ਰਾਈਟਸ ਨੇ ਉਹਨਾਂ ਬਾਰੇ ਫਿਰ ਪਤਾ ਹੋਏਗਾ ਜਿਹੜੀ ਡਿਕਲੇਰੇਸ਼ਨ ਹੋਈ ਹੈ ਯੂਨੀਵਰਸਲ ਡਿਕਲੇਰੇਸ਼ਨ ਹੋਈ ਹੈ ਸਰਵਵਿਆਪੀ ਘੋਸ਼ਣਾ ਕੀਤੀ ਗਈ ਹੈ ਇਹਦੀ ਤਾਰਾ 22 ਦੇ ਅੰਤਰਗਤ ਇਸ ਗੱਲ ਦੀ ਵਿਵਸਥਾ ਕੀਤੀ ਗਈ ਹੈ ਕਿ ਜੋ ਵੀ ਕੋਈ ਵਿਅਕਤੀ ਸਮਾਜ ਦਾ ਮੈਂਬਰ ਹੈ ਤੇ ਉਹਨੂੰ ਸਮਾਜਿਕ ਸੁਰੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਵੀ ਹੈ ਉਹਨਰ ਇਸ ਅਧਿਕਾਰ ਦੀ ਸੁਰੱਖਿਆ ਦੇ ਲਈ ਨੈਸ਼ਨਲ ਲੈਵਲ ਤੇ ਤੇ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਸਹਿਯੋਗ ਦੀ ਭਾਵਨਾ ਉਹਦਾ ਵਿਕਾਸ ਕੀਤਾ ਜਾਵੇਗਾ ਤੇ ਸਿੱਖਿਆ ਦੇ ਨਾਲ ਉਹ ਆਪਣੇ ਆਪ ਨੂੰ ਜਿਹੜੇ ਸਮਾਜਿਕ ਅਧਿਕਾਰਾਂ ਪ੍ਰਤੀ ਜਾਗਰੂਕ ਲੋਕ ਕਰ ਸਕਣਗੇ ਵਿਅਕਤੀ ਦੇ ਵਿਕਾਸ ਲਈ ਫॉर ਇੰਡੀਵਿਜੂਅਲਸ ਡਿਵੈਲਪਮੈਂਟ ਮਨੁੱਖੀ ਅਧਿਕਾਰ ਵਿਅਕਤੀ ਦੇ ਵਿਕਾਸ ਦੇ ਲਈ ਵੀ ਜ਼ਰੂਰੀ ਨੇ ਇਨਾਂ ਦੁਆਰਾ ਜਿਹੜੇ ਲੋਕ ਨੇ ਸਮਾਜ ਵਿੱਚ ਰਹਿੰਦੇ ਹੋਏ ਆਪਣੇ ਅਧਿਕਾਰਾਂ ਨੂੰ ਮਾਣਦੇ ਵੀ ਨੇ ਤੇ ਉਹ ਕਿਸੇ ਵੀ ਤਰ੍ਹਾਂ ਦੇ ਦੂਸਰੇ ਨਾਲ ਜਿਹੜਾ ਭੇਦ ਭਾਵ ਹੈ ਉਹ ਨਹੀਂ ਕਰਦੇ ਉਹਨਾਂ ਦਾ ਜੀਵਨ ਸੁਖੀ ਹੁੰਦਾ ਹੈ ਤੇ ਉਹਨਾਂ ਦਾ ਜਿਹੜੀ ਡਿਵੈਲਪਮੈਂਟ ਹੈ ਉਹ ਵੀ ਕੰਪਲੀਟ ਹੁੰਦੀ ਹੈ ਕਿਉਂਕਿ ਜਦੋਂ ਉਹਨਾਂ ਨੂੰ ਆਪਣੇ ਬਾਰੇ ਨੌਲੇਜ ਹੋਏਗੀ ਤਾਂ ਉਹ ਆਪਣੇ ਰਾਈਟਸ ਨੂੰ ਸਹੀ ਤਰੀਕੇ ਨਾਲ ਯੂਜ਼ ਕਰਨਗੇ ਮੰਨਣਗੇ ਵੀ ਉਹਨਾਂ ਨੂੰ ਤੇ ਦੂਸਰੇ ਲੋਕਾਂ ਦੇ ਅਧਿਕਾਰਾਂ ਦਾ ਸਨਮਾਨ ਵੀ ਕਰਨਗੇ ਨੈਕਸਟ ਹੈ ਅਧਿਕਾਰਾਂ ਪ੍ਰਤੀ ਸੁਚੇਤਤਾ ਕੌਨਸ਼ੀਅਸਨੈਸ ਅਬਾਊਟ ਰਾਈਟਸ ਮੁਲਕੀ ਅਧਿਕਾਰਾਂ ਦੀ ਸਿੱਖਿਆ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਇਹ ਨਾਲ ਜਿਹੜੇ ਵਿਅਕਤੀ ਨੇ ਉਹ ਆਪਣੇ ਅਧਿਕਾਰਾਂ ਦੇ ਪ੍ਰਤੀ ਕੌਨਸ਼ੀਅਸ ਹੋ ਜਾਂਦੇ ਨੇ ਸੁਚੇਤ ਹੋ ਜਾਂਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਾਡੇ ਜਿਹੜੇ ਰਾਈਟਸ ਨੇ ਉਹ ਕਿਹੜੇ ਨੇ ਤੇ ਸਾਨੂੰ ਅਸੀਂ ਕਿਹੜੇ ਦਾਇਰੇ ਦੇ ਵਿੱਚ ਰਹਿ ਕੇ ਉਹਨਾਂ ਦੀ ਪਾਲਣਾ ਕਰਨੀ ਹੈ ਇਹਦਾ ਰਿਜ਼ਲਟ ਇਹ ਨਿਕਲਦਾ ਹੈ ਕਿ ਉਹ ਸੋਸਾਇਟੀ ਦੇ ਵਿੱਚ ਆਪਣੇ ਆਪ ਨੂੰ ਇੱਕ ਵਧੀਆ ਸਿਟੀਜ਼ਨ ਦੇ ਰੂਪ ਦੇ ਵਿੱਚ ਸਥਾਪਿਤ ਕਰਦਾ ਹੈ ਤੇ ਜੀ ਨਾਲ ਉਹਦੀ ਜਿਹੜੀ ਲਾਈਫ ਹੈ ਉਹ ਹੋਰ ਵੀ ਬੈਟਰ ਹੋ ਜਾਂਦੀ ਹੈ ਨੈਕਸਟ ਹੈ ਸ਼ੋਸ਼ਣ ਤੋਂ ਸੁਰੱਖਿਆ ਪ੍ਰੋਟੈਕਸ਼ਨ ਫ੍ਰੋਮ ਐਕਸਪਲੋਇਟੇਸ਼ਨ ਜਦੋਂ ਕਿਸੇ ਵੀ ਵਿਅਕਤੀ ਨੂੰ ਹਿਊਮਨ ਰਾਈਟਸ ਬਾਰੇ ਪਤਾ ਹੋਏਗਾ ਉਹਦੀ ਐਜੂਕੇਸ਼ਨ ਉਹਨੂੰ ਮਿਲੀ ਹੋਏਗੀ ਤਾਂ ਉਹਨੂੰ ਇਹ ਪਤਾ ਲੱਗੇਗਾ ਕਿ ਕਿਸੇ ਨਾਲ ਕੀ ਜਿਹੜਾ ਕੋਈ ਗੈਰ ਮਨੁੱਖੀ ਵਤੀਰਾ ਹੈ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਐਕਸਪਲੋਇਟੇਸ਼ਨ ਹੈ ਉਹ ਨਹੀਂ ਕੀਤੀ ਜਾ ਸਕਦੀ ਤੇ ਕਿਸੇ ਨੂੰ ਵੀ ਕਿਸੇ ਦੇ ਗੁਲਾਮ ਨਹੀਂ ਰੱਖਿਆ ਜਾ ਸਕਦਾ ਤੇ ਕਿਸੇ ਵੀ ਲੈਵਲ ਦੇ ਉੱਪਰ ਜਿਹੜਾ ਭੇਦਭਾਵ ਹੈ ਕਿਸੇ ਨਾਲ ਵੀ ਕੀਤਾ ਨਹੀਂ ਜਾ ਸਕਦਾ ਇਸ ਕਰਕੇ ਜਦੋਂ ਉਹਨਾਂ ਨੂੰ ਆਪਣੇ ਰਾਈਟਸ ਬਾਰੇ ਪਤਾ ਹੋਏਗਾ ਤਾਂ ਉਹ ਆਪਣੇ ਜੇਕਰ ਕਿਸੇ ਵੀ ਤਰ੍ਹਾਂ ਦੀ ਐਕਸਪਲੋਇਟੇਸ਼ਨ ਹੋ ਰਹੀ ਹੈ ਉਹਦੇ ਤੋਂ ਉਹ ਸੇਫ ਹੋ ਸਕਦਾ ਹੈ ਆਪਣੇ ਰਾਈਟਸ ਦਾ ਸਹਾਰਾ ਲੈ ਕੇ ਵਿਸ਼ਵ ਇਕਤਾ ਅਤੇ ਉਨਤੀ वर्ल्ड ਯੂਨਿਟੀ ਐਂਡ ਪ੍ਰੋਗਰੈਸ ਮਨੁੱਖੀ ਅਧਿਕਾਰਾਂ ਦੀ ਸਿੱਖਿਆ ਦੇ ਮਾਧਿਅਮ ਦੇ ਦੁਆਰਾ ਵਿਸ਼ਵ ਵੈਕਤਾ ਦਾ ਪ੍ਰਸਾਰ ਕੀਤਾ ਜਾ ਸਕਦਾ ਹੈ ਤੇ ਵਿਆਪਕ ਪੱਧਰ ਦੇ ਉੱਪਰ ਜਿਹੜੀ ਉન્નਤੀ ਹੈ ਉਹ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਬੱਚਿਆਂ ਨੂੰ ਵੀ ਇਹ ਸਮਝ ਆ ਜਾਂਦੀ ਹੈ ਕਿ ਪੂਰਾ ਵਰਲਡ ਇੱਕ ਫੈਮਿਲੀ ਦੀ ਤਰ੍ਹਾਂ ਤੇ ਉਹਦੇ ਵਿੱਚ ਜਿੰਨੇ ਵੀ ਰਹਿ ਰਹੇ ਲੋਕ ਨੇ ਸਾਰੇ ਹੀ ਜਿਵੇਂ ਪਰਿਵਾਰ ਦੇ ਮੈਂਬਰ ਹੁੰਦੇ ਨੇ ਉਸੇ ਤਰੀਕੇ ਨਾਲ ਇਹ ਇੱਕ ਵੱਡੇ ਪਰਿਵਾਰ ਦੇ ਮੈਂਬਰ ਨੇ ਤੇ ਸਾਰਿਆਂ ਨੂੰ ਇੱਕ ਦੂਸਰੇ ਦੇ ਜਿਹੜੇ ਅਧਿਕਾਰ ਨੇ ਉਹਨਾਂ ਦਾ ਮਾਣ ਤੇ ਸਤਿਕਾਰ ਕਰਨਾ ਚਾਹੀਦਾ ਹੈ। ਤੇ ਇਹਦੇ ਨਾਲ ਪੂਰੇ ਵਰਲਡ ਦੇ ਵਿੱਚ ਜਿਹੜੀ ਸੀਂ ਸ਼ਾਂਤੀ ਦੀ ਗੱਲ ਕਰਦੇ ਹਾਂ ਤੇ ਏਕਤਾ ਉਹ ਉਤਪੰਨ ਹੋਏਗੀ ਜੋ ਕਿ ਵਰਲਡ ਦੀ ਜਿਹੜੀ ਪ੍ਰੋਗਰੈਸ ਹੈ ਤੇ ਵਰਲਡ ਦੀ ਯੂਨਿਟੀ ਹੈ ਉਹਦੇ ਲਈ ਬਹੁਤ ਜ਼ਰੂਰੀ ਹੈ। ਨੈਕਸਟ ਹੈ ਪ੍ਰਤੀਸ਼ਠਾ ਤੇ ਸਨਮਾਨਤਾ ਦਾ ਸਤਕਾਰ ਰਿਸਪੈਕਟ ਫॉर ਡਿਗਨਿਟੀ ਐਂਡ ਇਕਵੈਲਟੀ ਜਿਹੜੇ ਮਨੁੱਖੀ ਅਧਿਕਾਰ ਨੇ ਇਹਨਾਂ ਸਿੱਖਿਆ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਹਰੇਕ ਵਿਅਕਤੀ ਦੀ ਆਪਣੀ ਜਿਹੜੀ ਹੋਂਦ ਹੈ ਉਹ ਹੁੰਦੀ ਹੈ ਜਿਹਦਾ ਸਨਮਾਨ ਕਰਨਾ ਜ਼ਰੂਰੀ ਹੈ। ਹਰੇਕ ਵਿਅਕਤੀ ਨੂੰ ਸਮਾਨਤਾ ਦੇ ਆਧਾਰ ਤੇ ਦੂਸਰੇ ਦੇ ਨਾਲ ਜਿਹੜਾ ਵਿਵਹਾਰ ਆ ਉਹ ਕਰਨਾ ਚਾਹੀਦਾ ਹੈ। ਜੇਕਰ ਕਿਸ ਦਾ ਸਤਕਾਰ ਕੀਤਾ ਜਾਵੇਗਾ ਤਾਂ ਹੀ ਉਹ ਤੁਹਾਡਾ ਸਤਕਾਰ ਕਰਨਗੇ ਕਿਹਾ ਜਾਂਦਾ ਹੈ ਨਾ ਕਿ ਜੇਕਰ ਤੁਸੀਂ ਆਪਣੇ ਲਈ ਵਧੀਆ ਚਾਹੁੰਦੇ ਹੋ ਕਿ ਤੁਹਾਡੇ ਨਾਲ ਇਸ ਤਰੀਕੇ ਦਾ ਬਿਹੇਵੀਅਰ ਕੀਤਾ ਜਾਵੇ ਤਾਂ ਸਭ ਤੋਂ ਪਹਿਲਾਂ ਤੁਸੀਂ ਉਸ ਤਰੀਕੇ ਦਾ ਜਿਹੜਾ ਬਿਹੇਵੀਅਰ ਹੈ ਉਹ ਅਡਾਪਟ ਕਰਨਾ ਹੈ ਬੈਟਰ ਅਡਾਪਟ ਕਰਨਾ ਹੈ ਨੈਕਸਟ ਹੈ ਭਾਰੀ ਅਤੰਕ ਦਾ ਖਾਤਮਾ ਕਰਨ ਲਈ ਫਾਰ ਅਬੋਲਿਸ਼ਿੰਗ ਦਾ ਫਿਊਚਰ ਟੈਰਰ ਜਦੋਂ ਸਾਰੇ ਨੂੰ ਹਿਊਮਨ ਰਾਈਟਸ ਬਾਰੇ ਜਿਹੜੀ ਐਜੂਕੇਸ਼ਨ ਆ ਉਹ ਦਿੱਤੀ ਜਾਏਗੀ ਤਾਂ ਵਿਅਕਤੀ ਨੂੰ ਪਤਾ ਹੋਏਗਾ ਕਿ ਜੇਕਰ ਫਿਊਚਰ ਦੇ ਵਿੱਚ ਜਿਹੜੇ ਮਾੜੇ ਹਾਲਾਤ ਨੇ ਉਹ ਪੈਦਾ ਹੋ ਜਾਂਦੇ ਨੇ ਤਾਂ ਉਹ ਕਿਸ ਤਰੀਕੇ ਨਾਲ ਪੈਦਾ ਹੋਣਗੇ ਜੇਕਰ ਅਸੀਂ ਆਪਣੇ ਨਾਲ ਦੇ ਦੀ ਰਿਸਪੈਕਟ ਨਹੀਂ ਕਰਾਂਗੇ ਉਹਨਾਂ ਦੇ ਅਧਿਕਾਰਾਂ ਦਾ ਆਦਰ ਨਹੀਂ ਕਰਾਂਗੇ ਤਾਂ ਵੀ ਜਿਹੜੇ ਹਾਲਾਤ ਨੇ ਉਹ ਬਦਤਰ ਹੋ ਜਾਂਦੇ ਨੇ ਤਾਂ ਇਹਨਾਂ ਨਾਲ ਵਿਅਕਤੀ ਉਹ ਜਿਹੜੇ ਮਿਸ਼ਰ ਮਹਾਜੁੱਤ ਹੋਏ ਨੇ ਉਹਨਾਂ ਦੇ ਵਿੱਚ ਕਿਸ ਤਰੀਕੇ ਦਾ ਨਰਸਹਾਰ ਹੋਇਆ ਤਬਾਹੀ ਹੋਈ ਹੈ ਠੀਕ ਹੈ ਜੀ ਲੋਕਾਂ ਦੀਆਂ ਜਿਹੜੇ ਬਹੁਤ ਸਾਰੀਆਂ ਜਾਨਾਂ ਨੇ ਉਹ ਵੀ ਚਲੇ ਗਈਆਂ ਤੇ ਭੁੱਖਮਰੀ ਦੇ ਨਾਲ ਨਾਲ ਲੋਕਾਂ ਦੀ ਜਿਹੜੀ ਹੋਰ ਵੀ ਮਾੜੀ ਹਾਲਤ ਹੋ ਜਾਂਦੀ ਹੈ ਜਦੋਂ ਕਿਸੇ ਵੀ ਤਰ੍ਹਾਂ ਦੇ ਇਸ ਤਰ੍ਹਾਂ ਦੇ ਯੁੱਧ ਹੁੰਦੇ ਨੇ ਤੇ ਉਹ ਇਸ ਤਰ੍ਹਾਂ ਦੇ ਘਟਨਾਵਾਂ ਤੋਂ ਸੁਚੇਤ ਹੋ ਜਾਂਦਾ ਹੈ ਤੇ ਇਹਨਾਂ ਨੂੰ ਰੋਕਣ ਦੇ ਲਈ ਪੂਰੀ ਕੋਸ਼ਿਸ਼ ਕਰਦਾ ਹੈ ਤੇ ਇਸ ਤਰ੍ਹਾਂ ਜਿਹੜੀ ਸਿੱਖਿਆ ਸਾਨੂੰ ਭਵਿੱਖ ਦੇ ਆਤੰਕ ਪ੍ਰਤੀ ਵੀ ਸੁਚੇਤ ਕਰਦੀ ਹੈ ਤੇ ਉਹਨੂੰ ਰੋਕਣ ਦੇ ਲਈ ਵੀ ਸਾਨੂੰ ਉਤਸ਼ਾਹਿਤ ਕਰਦੀ ਹੈ ਨੈਕਸਟ ਹੈ ਪ੍ਰੇਰਣਾ ਦਾ ਸੋਮਾ ਸੋਰਸ ਆਫ ਇਨਸਪੀਰੇਸ਼ਨ ਮਨੁੱਖੀ ਅਧਿਕਾਰਾਂ ਦੀ ਸਿੱਖਿਆ ਲੋਕਾਂ ਦੇ ਲਈ ਇੱਕ ਤਰ੍ਹਾਂ ਦਾ ਪ੍ਰੇਰਣਾ ਸਰੋਤ ਵੀ ਬਣਦੀ ਹੈ ਕਿ ਸੋਸਾਇਟੀ ਦੇ ਵਿੱਚ ਜਿੰਨੇ ਵੀ ਮੈਂਬਰ ਆ ਰਹੇ ਨੇ ਸਾਰੇ ਲੋਕ ਬਰਾਬਰ ਨੇ ਤੇ ਉਹਨਾਂ ਨਾਲ ਅਸੀਂ ਕਿਸੇ ਵੀ ਭੇਦਭਾਵ ਨਹੀਂ ਕਰ ਸਕਦੇ ਕਿਸੇ ਵੀ ਤਰ੍ਹਾਂ ਜਿਹੜਾ ਵਿਤਕਰਾ ਹੋ ਨਹੀਂ ਕਰ ਸਕਦੇ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਵੀ ਪੂਰੇ ਜਿਹੜੇ ਸਮਾਜ ਦੇ ਲੋਕ ਨੇ ਉਹ ਇਕੁਅਲ ਨੇ ਇਸ ਲਈ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਜਿਹੜੀ ਸਮਾਨਤਾ ਤੇ ਭਾਈਚਾਰਾ ਉਹਦਾ ਜਿਹੜਾ ਪ੍ਰਸਾਰ ਹੈ ਉਹ ਕਰਨਾ ਚਾਹੀਦਾ ਇਸ ਕਰਕੇ ਜਿਹੜੇ ਹਿਊਮਨ ਰਾਈਟਸ ਜਿਹੜਾ এডੂਕੇਸ਼ਨ ਦਿੱਤੀ ਜਾਂਦੀ ਹੈ ਤਾਂ ਸਾਡੇ ਲਈ ਪ੍ਰੇਰਨਾ ਦਾ ਸਰੋਤ ਵੀ ਹੈ ਮਨੁੱਖੀ ਅਧਿਕਾਰਾਂ ਵਿੱਚ ਖੋਜ ਨੂੰ ਉਤਸ਼ਾਹ ਐਨਕ੍ਰੇਜਮੈਂਟ ਟੂ ਰਿਸਰਚ ਇਨ ਹਿਊਮਨ ਰਾਈਟਸ ਹਿਊਮਨ ਰਾਈਟਸ এডੂਕੇਸ਼ਨ ਦੇਣ ਦੀ ਅਗਲੀ ਜ਼ਰੂਰਤ ਇਸ ਪੱਖੋਂ ਵੀ ਹੈ ਕਿਉਂਕਿ ਇਹਦੇ ਨਾਲ ਇੱਕ ਤਾਂ ਇਹ ਵਿਸ਼ਾ ਨਵਾਂ ਹੈ ਤੇ ਇਸ ਇਹਦੀ ਜਾਣਕਾਰੀ ਦੇਣੀ ਲੋਕਾਂ ਨੂੰ ਜ਼ਰੂਰੀ ਹੈ ਤੇ ਦੂਸਰੀ ਗੱਲ ਇਹਦੇ ਤੇ ਹਾਲੇ ਜਿਹੜੀ ਖੋਜ ਹੈ ਉਹ ਬਹੁਤ ਘੱਟ ਹੋਈ ਹੈ ਤੇ ਹੋਰ ਜ਼ਿਆਦਾ ਖੋਜ ਕਰਨੀ ਜ਼ਰੂਰੀ ਹੈ ਇਦੇ ਵਿੱਚ ਸੁਧਾਰਾਂ ਦੀ ਵੀ ਲੋੜ ਹੈ ਸਿਰਫ ਇਕੱਲੀ ਖੋਜ ਤੇ ਇਹਦੇ ਰਿਸਰਚ ਹੀ ਨਹੀਂ ਕਰਨੀ ਅਸੀ ਨੇ ਇਹ ਤਾਂ ਹੀ ਪੋਸੀਬਲ ਹੋਏਗਾ ਜੇਕਰ ਅਸੀਂ ਸਭ ਤੋਂ ਪਹਿਲਾਂ ਐਜੂਕੇਸ਼ਨ ਦਵਾਂਗੇ ਫੇਰ ਇਸ ਟਾਪਿਕ ਦੇ ਉੱਪਰ ਜਿਹੜੀ ਰਿਸਰਚ ਹੈ ਉਹ ਪੋਸੀਬਲ ਹੋਏਗੀ ਮਨੁੱਖੀ ਅਧਿਕਾਰ ਸਿੱਖਿਆ ਇਹਦੇ ਲਈ ਵੀ ਲਾਭ ਦੇਖ ਸਿੱਧ ਹੋ ਸਕਦੀ ਹੈ ਕਿਉਂਕਿ ਜਿਹੜੇ ਹੋਰ ਲੋਕ ਨੇ ਜਦੋਂ ਆਪਣੇ ਥੀਵਜ਼ ਦੇਣਗੇ ਤਾਂ ਹੀ ਹਿਊਮਨ ਰਾਈਟਸ ਐਜੂਕੇਸ਼ਨ ਦੇਣ ਦੇ ਲਈ ਜਿਹੜੀ ਹੋਰ ਇੰਪਰੂਵਮੈਂਟ ਉਹ ਵੀ ਕੀਤੀ ਜਾ ਸਕਦੀ ਹੈ ਡੀਅਰ ਸਟੂਡੈਂਟਸ ਨੈਕਸਟ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਪ੍ਰਿੰਸੀਪਲਸ ਆਫ ਹਿਊਮਨ ਰਾਈਟਸ ਐਜੂਕੇਸ਼ਨ ਥੈਂਕਸ ਫਾਰ ਵਾਚਿੰਗ